जिहड़ा कैंपन आ लोगों नू किसी भी किस्म की बिजली दे नाल दी कोई भी समस्या हैगी है, चाहे बिल दी समस्या हैगी है, चाहे कोई बिजली की समस्या कोई होर हैगी है, उन्हां दा निपटारा जिहड़ा करन वास्ते असीं कैंप ऑर्गेनाइज किया। अगे सीगा वी लोगों नू साडे दफ्तरां विच पहुँचदे सीगे जां ऑफिसर किते साइट ते चले जांदे सी, दौरे ते चले जांदे, उस समस्या नू दूर करदे असीं लोगों दे सरकार दी जिहड़ी मुहिम है ना चलाई हुई सरकार आपके द्वार उहदे अधीन ही असीं जिहड़ी है मुख्यमंत्री साहब दी रहनुमाई दे विच जो ऑर्गेनाइज किए इह कैंप ਉਹਦੇ ਮੁਤਲਕ ਅਸੀਂ ਇੱਥੇ ਆਏ ਹਾਂ। ਜੋ ਵੀ ਸਮੱਸਿਆ ਹੋਊਗੀ ਬਿਜਲੀ ਦੀ ਲੋਕਾਂ ਦੀ ਉਹ ਸਾਰੀਆਂ ਸੁਣੀਆਂ ਜਾਣਗੀਆਂ। ਕੋਸ਼ਿਸ਼ ਕਰਾਂਗੇ ਕਿ ਉਹ ਨਿਪਟਾਰਾ ਵੀ ਜੇ ਤਾਂ ਨਾਲ ਨਾਲ ਹੋ ਸਕਦਾ ਨਾਲ ਨਾਲ ਕਰਾਂਗੇ, ਅਦਰਵਾਈਜ਼ ਥੋੜ੍ਹਾ ਸਮਾਂ ਲੱਗੇਗਾ ਅਤੇ ਉਹ ਥੋੜ੍ਹੇ ਸਮੇਂ ਬਾਅਦ ਵੀ ਉਹ ਸਾਰਿਆਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਲੋਕਾਂ ਨੂੰ ਮਿਲਿਓ, ਕਿਸ ਤਰ੍ਹਾਂ ਦੀਆਂ ਸਮੱਸਿਆ ਜ਼ਿਆਦਾਤਰ ਦੇਖੀਆਂ ਨੇ? ਨਹੀਂ, ਹਜੇ ਮੇਰੇ ਤੋਂ ਇੱਕ ਦੋ ਹੀ ਸਮੱਸਿਆ ਆਈਆਂ, ਮੈਂ ਜਸ ਅਜੇ ਆਇਆ ਹੀ ਹਾਂ। ਮੇਰੇ ਕੋਲ ਸਮੱਸਿਆ ਜਿਵੇਂ ਆਈ ਹੈ ਵੀ ਕਿਸਾਨ ਜਿਵੇਂ ਇਕੱਠੇ ਹੋਏ ਸੀ, ਕਹਿੰਦੇ ਸੀ ਵੀ ਪੈਡੀ ਸੀਜ਼ਨ ਜਿਵੇਂ ਹੁਣ ਆ ਰਿਹਾ ਹੁਣ, ਅਤੇ ਉਹਦੇ ਵਿੱਚ ਜਦੋਂ ਟਰਾਂਸਫਾਰਮ ਸੜ ਜਾਂਦਾ ਉਹਨਾਂ ਨੂੰ ਲੈਣ ਵਾਸਤੇ ਕਿਤੇ ਦੂਰ ਜਾਣਾ ਪੈਂਦਾ। ਉਹ ਸਮੱਸਿਆ ਦਾ ਹੱਲ ਤਾਂ ਮੈਂ ਫੌਰਨ ਹੀ ਪਹਿਲਾਂ ਉਹਨਾਂ ਨੂੰ ਦੱਸਿਆ ਵੀ ਇਹਦੀ ਸਮੱਸਿਆ ਦਾ ਹੱਲ ਅਸੀਂ ਪਹਿਲਾਂ ਹੀ ਜਿਹੜਾ ਸੋਚਿਆ ਹੋਇਆ, ਹਰ ਮੰਡਲ ਪੱਧਰ ਉੱਤੇ ਅਸੀਂ ਜਿਹੜੀ ਚਾਰ ਟਰਾਂਸਫਾਰਮ ਜਿਹੜੇ ਨਾ ਕਢਾ ਕੇ ਉਹ ਸਪੇਅਰ ਰੱਖਾਂਗੇ, ਜੋ ਐਮਰਜੈਂਸੀ ਵਿੱਚ ਕਦੀ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਉਹ ਮੁੜ ਕੇ ਜਲਦੀ ਤੋਂ ਜਲਦੀ ਜਿਹੜੀ ਉਹ ਰਿਪਲੇਸ ਕਰ ਸਕੀਏ। ਸਟੋਰ 'ਚ ਜਾਣ ਦੀ ਜ਼ਰੂਰਤ ਨਹੀਂ। ਅੱਜ ਧੂਰੀ ਵਿਖੇ ਬਿਜਲੀ ਬੋਰਡ ਦੇ ਡਾਇਰੈਕਟਰ ਸਾਹਿਬ ਅਤੇ ਉੱਚ ਅਧਿਕਾਰੀ ਇੱਥੇ ਪਹੁੰਚੇ ਨੇ ਅਤੇ ਪੂਰੇ ਹਲਕੇ ਦੀਆਂ ਜਿਹੜੀਆਂ ਬਿਜਲੀ ਨਾਲ ਸੰਬੰਧਿਤ ਸਮੱਸਿਆਵਾਂ ਨੇ ਲੋਕਾਂ ਦੀਆਂ, ਉਹਨਾਂ ਨੂੰ ਹੱਲ ਕਰਨ ਲਈ ਅੱਜ ਧੂਰੀ ਵਿਖੇ ਪਹੁੰਚ ਰਹੇ ਨੇ। ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਆਪ ਕੀ ਸਰਕਾਰ ਆਪ ਕੇ ਦੁਆਰ, ਉਹਦੇ ਤਹਿਤ ਅੱਜ ਬਿਜਲੀ ਬੋਰਡ ਦੇ ਜਿੰਨੀਆਂ ਵੀ ਮੁਸ਼ਕਲਾਂ ਨੇ ਹਲਕੇ ਦੀਆਂ ਲੋਕਾਂ ਦੀਆਂ, ਉਹ ਅੱਜ ਇੱਥੇ ਬੈਠ ਕੇ ਹੱਲ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਹੀ ਪਹਿਲਾਂ ਕਈ ਬਹੁਤ ਪਿੰਡਾਂ ਦੇ ਵਿੱਚ ਦੂਸਰੇ ਡਿਪਾਰਟਮੈਂਟਾਂ ਦੇ ਕੈਂਪ ਲਗਾਏ ਗਏ ਨੇ। ਇਸ ਤਰ੍ਹਾਂ ਇੱਕ ਇੱਕ ਕਰਕੇ ਹਰ ਡਿਪਾਰਟਮੈਂਟ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਅਧਿਕਾਰੀ ਆਪ ਹਲਕੇ ਦੇ ਵਿੱਚ ਆ ਕੇ ਸੁਣਿਆ ਕਰਨਗੇ, ਨਾ ਕਿ ਲੋਕਾਂ ਨੂੰ ਉਹਨਾਂ ਦੇ ਦਫ਼ਤਰਾਂ ਵਿੱਚ ਧੱਕੇ ਖਾਣੇ ਪੈਣ। ਇਹ ਬਹੁਤ ਵੱਡਾ ਉਪਰਾਲਾ ਹੈ ਮਾਨ ਸਰਕਾਰ ਦਾ। ਔਰ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਪੰਜਾਬ ਮਾਨ ਸਰਕਾਰ ਦੀ ਅਗਵਾਈ ਦੇ ਵਿੱਚ ਬੁਲੰਦੀਆਂ ਨੂੰ ਛੋਹ ਰਿਹਾ ਹੈ, ਭਾਵੇਂ ਉਹ ਨਸ਼ੇ ਦੀ ਗੱਲ ਉਹ ਵੀ ਘੱਟ ਰਹੇ ਨੇ, ਹੋਰ ਵੀ ਜਿਹੜੇ ਇੱਥੇ ਲੋਕ ਰਿਸ਼ਵਤ ਦਾ ਬੋਲਬਾਲਾ ਸੀ, ਅੱਜ ਤੁਸੀਂ ਦੇਖਿਆ ਕਿ ਆਪਣੇ ਨਸ਼ਾ ਮੁਕਤ ਪੰਜਾਬ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਅੱਜ ਚੱਲ ਜਾ ਰਿਹਾ। ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਇਹ ਪੰਜਾਬ ਨੂੰ ਪੁਰਾਣਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ।